ਪਿਛਲੇ ਦਿਨੀ ਕੈਲੀਫੋਰਨੀਆ ਵਿਖੇ ਇੱਕ ਦਰਦਮਈ ਹਾਦਸਾ ਵਾਪਰਦਾ ਜਿਸ ਵਿੱਚ ਬਹੁਤ ਯੰਗ ਮੈਨ 24 ਕੁ ਸਾਲ ਦਾ ਇੱਕ ਨੌਜਵਾਨ ਜੁਗਰਾਜ ਸਿੰਘ ਜੋ ਕਿ ਸਿਰਫ 1 ਸਾਲ ਪਹਿਲੇ ਭਾਰਤ ਤੋਂ ਅਮੈਰੀਕਾ ਵਿਖੇ ਆਪਣੇ ਬੈਟਰ ਫਿਊਚਰ ਲਈ ਆਉਂਦਾ ਉਸ ਦੇ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ। ਉਸ ਸੰਬੰਧ ਵਿੱਚ ਅੱਜ ਗੁਰਦੁਆਰਾ ਸਾਹਿਬ ਵਿਖੇ ਫੰਡ ਰੇਜ਼ ਕੀਤਾ ਜਾ ਰਿਹਾ ਇਹ ਭਰਾਵਾਂ ਵੱਲੋਂ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਰਾਣਾ ਰਾਹੋ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਤੀਰ, ਜੈਸਾ ਤੀਰਾ ਲਿਖਿਆ ਵੈਸਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਅਤੇ ਸੱਦੇ ਉੱਠ ਜਾਏ ਦੇ ਮਾਂ ਅਨੁਸਾਰ। ਸਾਡਾ ਛੋਟਾ ਭਰਾ ਜੁਗਰਾਜ ਸਿੰਘ ਜੋ ਵੀਰਵਾਰ 3 ਵਜੇ ਇੱਕ ਕਾਰ ਐਕਸੀਡੈਂਟ ਦੇ ਵਿੱਚ ਉਹਦੀ ਜਾਨ ਚਲੀ ਜਾਂਦੀ ਹੈ। ਉਹ 1 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਇੰਡੀਆ ਤੋਂ USA ਆਇਆ ਸੀ, ਸੋ ਆਪਣੀ ਘਰ ਦੀ ਮਾਲੀ ਹਾਲਤ ਠੀਕ ਕਰਨ ਵਾਸਤੇ, ਜਿਹਦੇ ਪਿੱਛੇ 2 ਉਹਦੀਆਂ ਭੈਣਾਂ, 1 ਉਹਦਾ ਬ੍ਰਦਰ, ਮਾਤਾ ਪਿਤਾ ਸਾਰੇ ਪਿੱਛੇ ਇੰਡੀਆ ਦੇ ਵਿੱਚ ਨੇ। ਇੱਥੇ ਉਹ ਇਕੱਲਾ ਹੀ ਸੀ ਅਤੇ ਸਾਡੇ ਸਾਰੇ ਮੇਰੇ ਭਰਾ ਖਲੋਤੇ ਨੇ, ਸਾਡੇ ਨਾਲ ਰਹਿੰਦਾ ਸੀ ਇੱਥੇ ਰੋਜ਼ਵਿਲ। ਸੋ ਜੋ ਡੈਥ ਉਹਦੀ ਹੋ ਗਈ ਹੈ, ਉਹਦੀ ਅੰਤਿਮ ਅਰਦਾਸ ਅਤੇ ਉਹਦਾ ਸੰਸਕਾਰ, ਉਹਦੇ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਬੱਚੇ ਦੀ ਡੈੱਡ ਬੋਡੀ ਜਿਹੜੀ ਹੈ ਇੰਡੀਆ ਪਹੁੰਚਾਈ ਜਾਵੇ। ਸੋ ਉਹਦੇ ਵਾਸਤੇ ਅੱਜ ਗੁਰਦੁਆਰਾ ਸਾਹਿਬ ਇੱਥੇ ਡੋਨੇਸ਼ਨ ਇਕੱਠੀ ਕੀਤੀ ਹੈ ਅਤੇ ਕੁਛ ਲਿੰਕ ਚੱਲਦਾ ਪਿਆ ਇੱਕ ਗੋ ਫੰਡ ਦਾ, ਉਹਦੇ 'ਤੇ ਸਾਰੇ ਭਰਾਵਾਂ ਅੱਗੇ ਹੱਥ ਜੋੜ ਕੇ ਇੱਕੋ ਹੀ ਬੇਨਤੀ ਹੈ ਕਿ ਜਿੰਨੀ ਕਿਸੇ ਦੀ ਸ਼ਰਧਾ, ਜਿੰਨੀ ਕੋਈ ਮਦਦ ਕਰ ਸਕਦਾ, ਵੱਧ ਤੋਂ ਵੱਧ ਕੀਤੀ ਜਾਵੇ ਕਿ ਉਹ ਮਾਂ ਦਾ ਪੁੱਤ ਜੋ ਇਸ ਦੁਨੀਆ 'ਤੇ ਨਹੀਂ ਰਿਹਾ, ਉਹ ਆਪਣੇ ਜੱਦੀ ਪਿੰਡ ਉਹਦਾ ਸੰਸਕਾਰ ਕਰ ਸਕਣ। ਉਹਦੀਆਂ ਭੈਣਾਂ ਆਪਣੇ ਭਰਾ ਨੂੰ ਉਡੀਕਦੀਆਂ ਪਈਆਂ ਨੇ। ਸੋ ਭਰਾਵੋ, ਬੇਨਤੀ ਹੱਥ ਜੋੜ ਕੇ ਤੁਹਾਡੇ ਚਰਨਾਂ ਦੇ ਵਿੱਚ, ਜਿਹੜਾ ਮੇਰਾ ਵੀਰ ਇਹ ਵੀਡੀਓ ਵੇਖਦਾ ਇੱਕ ਦਿਨ ਸ਼ੇਅਰ ਕਰ ਦਿਉ ਵੱਧ ਤੋਂ ਵੱਧ, ਅਤੇ ਇੱਕ ਜਿੰਨੀ ਕਿਸੇ ਦੀ ਸ਼ਰਧਾ ਉਨਾ ਹੀ ਵੱਧ ਤੋਂ ਵੱਧ ਡੋਨੇਟ ਕਰੋ, ਉਹ ਭਰਾ ਛੇਤੀ ਤੋਂ ਛੇਤੀ ਉਹਦੀ ਡੈੱਡ ਬੋਡੀ ਆਪਾਂ ਇੰਡੀਆ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।